ਮੌਸਮ ਵਿਭਾਗ ਨੇ ਜੂਨ ਤੋਂ ਸਤੰਬਰ ਮਹੀਨੇ ਤੱਕ ਮੌਨਸੂਨ ਦੌਰਾਨ ਸਮੁੱਚੇ ਦੇਸ਼ ਵਿੱਚ ਆਮ ਨਾਲੋਂ ਜ਼ਿਆਦਾ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਵਿਭਾਗ ਦੇ ਡਾਇਰੈਕਟਰ ਜਨਰਲ ਡਾਕਟਰ ਮਰਤਨਜੀ ਮਹਾਪਾਤਰਾ ਨੇ ਦੱਖਣ-ਪੱਛਮ ਮੌਨਸੂਨ ਸੁਭੰਦੀ ਅੰਦਾਜ਼ਾ ਰਿਪੋਰਟ ਜਾਰੀ ਕਰਦੇ ਹੋਏ ਕਿਹਾ ਕਿ ਪੂਰੇ ਦੇਸ਼ ਵਿੱਚ ਮੌਨਸੂਨ 106 ਫੀਸਦੀ ਰਹਿਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਮੌਨਸੂਨ ਦੀ بارش ਮਦ ਭਾਰਤ ਅਤੇ ਦੱਖਣੀ ਪ੍ਰਾਇਦੀਪ ਵਿੱਚ ਆਮ ਨਾਲੋਂ ਜ਼ਿਆਦਾ ਉੱਤਰ-ਪੱਛਮ ਵਿੱਚ ਆਮ ਅਤੇ ਉੱਤਰ ਚੁਰਾ ਵਿੱਚ ਆਮ ਨਾਲੋਂ ਘੱਟ ਹੋਣ ਦੀ ਸੰਭਾਵਨਾ ਹੈ ਜੂਨ ਮਹੀਨੇ ਦੌਰਾਨ ਮੌਨਸੂਨ ਦੀ بارش ਆਮ ਵਾਂਗ ਰਹੇਗੀ ਉਨ੍ਹਾਂ ਕਿਹਾ ਕਿ ਅਗਲੇ 5 ਦਿਨਾਂ ਚ ਕੇਰਲ ਤੇ ਉੱਤਰ ਪੂਰਬੀ ਹਿੱਸੇ ਚ ਮੌਨਸੂਨ ਦੀ ਸ਼ੁਰੂਆਤ ਲਈ ਹਾਲਾਤ ਅਨੁਕੂਲ ਬਣੇ ਹੋਏ ਨੇ